ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਵੈਲਕਮ ਬੈਕ ਟੂ ਅਨਦਰ ਵੀਡੀਓ। ਅਤੇ ਆਹ ਵੀਡੀਓ ਸਪੈਸ਼ਲ ਉਹਨਾਂ ਵਾਸਤੇ ਆ ਜਿਹੜੇ ਹੁਣ ਕੋਵਿਡ ਦੇ ਟਾਈਮ ਇੰਡੀਆ ਆ ਰਹੇ ਆ। ਇਹਦੇ ਵਿੱਚ ਮੈਂ ਤੁਹਾਨੂੰ ਕੁਛ ਗੱਲਾਂ ਦੱਸੂੰਗਾ ਵੀ ਜਿੰਨਾ ਤੁਹਾਡਾ ਸਫ਼ਰ ਥੋੜ੍ਹਾ ਹੋਰ ਈਜ਼ੀ ਹੋ ਜਾਵੇ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਹ ਮੇਰੇ ਕੁਛ ਰੀਸੈਂਟ ਸਬਸਕ੍ਰਾਈਬਰ ਆ ਜਿਨ੍ਹਾਂ ਨੇ ਮੈਨੂੰ ਹੁਣੇ ਸਬਸਕ੍ਰਾਈਬ ਕੀਤਾ, ਅਤੇ ਥੈਂਕ ਯੂ ਫੋਰ ਜੁਆਇਨਿੰਗ। ਅਤੇ ਚਲੋ ਬਿਨਾਂ ਕਿਸੇ ਹੋਰ ਰੁਕਾਵਟ ਵੀਡੀਓ ਕਰਦੇ ਹਾਂ ਆਪਾਂ ਸ਼ੁਰੂ। ਜੇ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਇੰਡੀਆ 'ਚ ਤੁਹਾਡਾ ਕੋਵਿਡ ਟੈਸਟ ਹੋਣਾ ਆ ਲੈਂਡਿੰਗ ਤੋਂ ਬਾਅਦ, ਅਤੇ ਉਹ ਟੈਸਟ ਕਰਵਾਉਂਦੇ ਕਰਵਾਉਂਦੇ ਤੁਹਾਨੂੰ 2 ਤੋਂ 2.5 ਘੰਟੇ ਵੀ ਲੱਗ ਸਕਦੇ ਆ। ਉਹਦੇ ਵਿੱਚੋਂ ਜ਼ਿਆਦਾਤਰ ਟਾਈਮ ਜਿਹੜਾ ਆ ਉਹ ਟੈਸਟ ਵਾਲੀ ਲਾਈਨ ਵਿੱਚ ਹੀ ਤੁਹਾਡਾ ਲੰਘਣਾ ਆ, ਕਿਉਂਕਿ ਉੱਥੇ ਇਹ ਟੈਸਟ ਤੋਂ ਪਹਿਲਾਂ ਲਾਈਨ ਹੁੰਦੀ ਪੇਮੈਂਟ ਵਾਲੀ, ਉਹ ਬਹੁਤ ਲੰਬੀ ਹੁੰਦੀ ਆ ਅਤੇ ਅੱਗੇ ਸਟਾਫ ਬਹੁਤ ਘੱਟ ਹੁੰਦਾ ਆ, ਅਤੇ ਉਹ ਪੇਮੈਂਟ ਕਰਵਾਉਂਦੇ ਕਰਵਾਉਂਦੇ 2 ਘੰਟੇ ਲੱਗ ਜਾਂਦੇ ਆ ਆਰਾਮ ਨਾਲ। ਅਤੇ ਉਹ ਸਾਰਾ ਟਾਈਮ ਤੁਸੀਂ ਬਚਾ ਸਕਦੇ ਹੋ ਜੇ ਤੁਸੀਂ ਟੈਸਟ ਦੀ ਔਨਲਾਈਨ ਬੁਕਿੰਗ ਕਰਕੇ ਆਓ ਅਤੇ ਇੱਥੇ ਆ ਕੇ ਕਨਫਰਮੇਸ਼ਨ ਉਹਨਾਂ ਨੂੰ ਦਿਖਾਓ ਸਟਾਫ ਨੂੰ, ਅਤੇ ਤੁਸੀਂ ਸਕਿੱਪ ਕਰਕੇ ਲਾਈਨ ਸਿੱਧਾ ਟੈਸਟ ਕਰਵਾ ਕੇ 15-20 ਮਿੰਟਾਂ 'ਚ ਅੱਗੇ ਇਮੀਗ੍ਰੇਸ਼ਨ ਤੱਕ ਜਾ ਸਕਦੇ ਹੋ। ਹੁਣ ਦੂਜੀ ਚੀਜ਼ ਆਹ ਹੁੰਦੀ ਆ ਜਿਹੜਾ ਤੁਸੀਂ ਧਿਆਨ ਰੱਖਿਓ ਕਿ ਮੈਂ ਵੀ ਜਦੋਂ ਪਹਿਲੀ ਵਾਰ ਆਇਆ ਇਹ ਅਤੇ ਮੈਂ ਸੋਚਿਆ ਜਿਵੇਂ ਵਾਈਫਾਈ ਫਰੀ ਹੁੰਦਾ ਏਅਰਪੋਰਟ 'ਤੇ ਤਾਂ ਫਰੀ ਮਿਲੂਗਾ, ਅਤੇ ਇੰਡੀਆ 'ਚ ਵੀ ਫਰੀ ਆ, ਬਟ ਚੱਕਰ ਆ ਉਹ ਤਾਂ ਜਦੋਂ ਤੁਸੀਂ ਕਨੈਕਟ ਕਰਨ ਲੱਗਦੇ ਹੋ ਅਤੇ ਉਹ OTP ਨੰਬਰ ਪੁੱਛਦਾ ਆ, ਅਤੇ OTP ਨੰਬਰ ਤੁਹਾਨੂੰ ਇੱਕ ਵਰਕਿੰਗ ਮੋਬਾਈਲ ਨੰਬਰ ਚਾਹੀਦਾ ਹੁੰਦਾ, ਅਤੇ ਜਦੋਂ ਤੁਸੀਂ ਇਹਦੇ ਰਿਗਾਰਡਿੰਗ ਸਟਾਫ ਨੂੰ ਪੁੱਛੋਗੇ ਤਾਂ ਉਹਨਾਂ ਨੇ ਕਹਿਣਾ ਵੀ ਅੱਗੇ ਇਨਫੋਰਮੇਸ਼ਨ ਡੈਸਕ ਆਊਗਾ, ਉੱਥੋਂ ਤੁਸੀਂ ਵਾਈਫਾਈ ਲੈ ਸਕਦੇ ਹੋ। ਤਾਂ ਉਹ ਇਨਫੋਰਮੇਸ਼ਨ ਡੈਸਕ ਤੋਂ ਆਉਣ ਤੋਂ ਪਹਿਲਾਂ ਤੁਹਾਡਾ ਕੋਵਿਡ ਟੈਸਟ, ਤੁਹਾਡੀ ਇਮੀਗ੍ਰੇਸ਼ਨ, ਅਤੇ ਤੁਸੀਂ ਬੈਗ ਵੀ ਆਪਣੇ ਕਲੈਕਟ ਕਰ ਲੈਣੇ ਆ, ਕਿਉਂਕਿ ਉਹ ਜਿਹੜਾ ਇਨਫੋਰਮੇਸ਼ਨ ਡੈਸਕ ਆ ਉਹ ਬੈਗਿੰਗ ਏਰੀਆ ਦੇ ਕੋਲ ਆਉਂਦਾ, ਅਤੇ ਇਸ ਲਈ ਜਿਹੜਾ ਵੀ ਤੁਹਾਨੂੰ ਲੈਣ ਆ ਰਿਹਾ ਉਹਨੂੰ ਪਹਿਲਾਂ ਹੀ ਇਨਫੋਰਮ ਕਰ ਦਿਓ, ਕਿਉਂਕਿ ਅੱਜ ਕੱਲ੍ਹ ਕੋਵਿਡ ਦੇ ਟਾਈਮ ਦਾ ਨਾ ਵੀ ਕਾਫੀ ਰਸ਼ ਹੁੰਦਾ, ਉੱਥੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ। ਅਤੇ ਮੈਨੂੰ ਖੁਦ ਪਰਸਨਲੀ 4 ਘੰਟੇ ਲੱਗ ਗਏ ਸੀਗੇ ਏਅਰਪੋਰਟ ਦੇ ਅੰਦਰ ਅੰਦਰ ਹੀ ਉੱਥੇ ਬੈਗ ਕਲੈਕਟ ਕਰਨ ਤੱਕ। ਬੈਗ ਕਲੈਕਟ ਕਰਨ ਤੋਂ ਬਾਅਦ ਆਉਂਦੀ ਆ ਕਸਟਮ, ਅਤੇ ਕਸਟਮ ਵਿੱਚ ਚੱਕਰ ਆਇਆ ਵੀ ਉਹ ਹਰੇਕ ਬੰਦੇ ਨੂੰ ਤਾਂ ਪਹਿਲੀ ਗੱਲ ਤਾਂ ਨਹੀਂ ਘੇਰਦੇ, ਪਰ ਜਿਹਨੂੰ ਵੀ ਘੇਰਦੇ ਆ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਸਾਰੇ ਬੈਗ ਖੁਲਵਾ ਲੈਂਦੇ ਆ ਅਤੇ ਕਸਟਮ ਡਿਊਟੀ ਕਾਫੀ ਪਾਉਂਦੇ ਆ। ਅਤੇ ਇਸ ਲਈ ਜਿਹੜੀਆਂ ਵੀ ਚੀਜ਼ਾਂ ਲੈ ਕੇ ਆ ਰਹੇ ਹੋ ਉਹਨਾਂ ਦੇ ਡੱਬੇ ਵਗੈਰਾ ਨਾ ਕੈਰੀ ਕਰਿਓ, ਜੇ ਫੋਨ ਤੁਸੀਂ 2 ਤੋਂ ਵੱਧ ਰੱਖ ਰਹੇ ਹੋ ਕੋਲ ਹੀ ਰੱਖੋ, ਜਿੱਦਾਂ ਪੋਕਟ ਵਗੈਰਾ 'ਚ ਰੱਖਿਓ ਅਤੇ ਬੈਗ 'ਚ ਨਾ ਰੱਖਿਓ। ਅਤੇ ਮੇਰੇ ਇੱਕ ਫਰੈਂਡ ਦਾ ਮੈਂ ਤੁਹਾਨੂੰ ਆਪਣਾ ਹੀ ਦੱਸਦਾ ਵੀ ਜਾਂ ਸਰਕਲ 'ਚ ਐਕਸਪੀਰੀਅੰਸ, ਵੀ ਉਹਦੇ ਕੋਲ iPhone 13 ਸੀਗਾ ਅਤੇ ਉਹਨਾਂ ਨੇ 13 ਦੇ ਉੱਤੇ $700-800 ਉਹਦੇ ਕੋਲ ਟੈਕਸ ਮੰਗਣ ਦੇ ਹੈਗੇ, ਅਤੇ ਉਹਨਾਂ ਨਾਲ ਜਿੰਨਾ ਉਹਨਾਂ ਨੇ ਤੁਹਾਨੂੰ ਕਸਟਮ ਡਿਊਟੀ ਪਾਈ ਆ ਉਨੇ ਪੈਸੇ ਨਾ ਦਿਓ, ਘਟਾ ਵਧਾ ਲੈਂਦੇ ਆ ਉਹ, ਅਤੇ ਉਹਨਾਂ ਨਾਲ ਥੋੜ੍ਹੀ ਬਹੁਤੀ ਗੱਲ ਕਰਕੇ ਪੈਸੇ ਘਟਾ ਕੇ ਆਇਓ, ਜਿੰਨੇ ਪੈਸੇ ਉਹਨਾਂ ਨੇ ਕਿਹਾ ਉਨੇ ਨਾਲ ਦੇ ਕੇ ਆਇਓ। ਜਾਣ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸਦਾ ਵੀ ਵੈਸੇ ਤਾਂ ਸਭ ਸਿਆਣੇ ਹੀ ਆ ਵੀ ਟਿਕਟਾਂ ਡਾਇਰੈਕਟ ਹੀ ਲੈ ਕੇ ਆਇਓ, ਇਨਡਾਇਰੈਕਟ ਟਿਕਟਾਂ 'ਚ ਬਹੁਤ ਚੱਕਰ ਪੈਂਦੇ ਆ ਅੱਜ ਕੱਲ੍ਹ, ਅਤੇ ਕਿਉਂਕਿ ਜੇ ਇਨਡਾਇਰੈਕਟ ਲੈ ਕੇ ਆ ਰਹੇ ਹੋ ਤਾਂ ਜਿੱਥੇ ਵੀ ਤੁਸੀਂ ਰੁਕਦੇ ਹੋ ਪਹਿਲੀ ਗੱਲ ਤੁਹਾਨੂੰ ਉੱਥੇ ਕੋਵਿਡ ਟੈਸਟ ਕਰਵਾਉਣਾ ਪੈਂਦਾ ਹੈ ਜਿੱਥੇ ਵੀ ਸਟੇ ਆ, ਅਤੇ ਉਹਦੀ ਐਕਸਟਰਾ ਫੀਸ ਵੀ ਭਰਨੀ ਪੈਂਦੀ ਆ ਜਸਟ ਇਨ ਕੇਸ ਤੁਹਾਡਾ ਉੱਥੇ ਟੈਸਟ ਪੋਜ਼ਿਟਿਵ ਆ ਗਿਆ, ਅਤੇ ਮੇ ਬੀ ਸ਼ਾਇਦ ਤੁਹਾਨੂੰ ਉੱਥੇ ਹੀ ਕੁਆਰੰਟਾਈਨ ਕਰਾਉਣ, ਅਤੇ ਉੱਥੇ ਦਾ ਤੁਹਾਨੂੰ ਬਹੁਤ ਖਰਚਾ ਪੈ ਸਕਦਾ ਆ। ਅਤੇ ਇੱਕ ਹੋਰ ਚੀਜ਼ ਵੀ, ਟਿਕਟਾਂ ਰੀਫੰਡੇਬਲ ਲੈ ਕੇ ਆਇਓ ਜਾਂ ਜਿਹਨਾਂ ਦੀ ਡੇਟ ਚੇਂਜ ਹੋ ਜਾਂਦੀ ਹੈ ਜਾਂ ਵਾਊਚਰ ਵਗੈਰਾ ਦੇ ਦਿੰਦੇ ਆ ਉਹ ਵਾਲੀਆਂ ਲੈ ਕੇ ਆਇਓ, ਕਿਉਂਕਿ ਜੇ ਇਨ ਕੇਸ ਤੁਹਾਡੀ ਰਿਪੋਰਟ ਪੋਜ਼ਿਟਿਵ ਨਿਕਲਿਆ ਜੀ ਤਾਂ ਉਹਨਾਂ ਨੇ ਤੁਹਾਨੂੰ ਬੋਰਡ ਨਹੀਂ ਕਰਨ ਦੇਣਾ ਜਹਾਜ਼ 'ਤੇ, ਅਤੇ ਤੁਹਾਡੇ ਉਹ ਟਿਕਟ ਦੇ ਪੈਸੇ ਵੱਧ ਜਾਣ ਅਤੇ ਤੁਸੀਂ ਡੇਟ ਚੇਂਜ ਕਰਵਾ ਕੇ ਕਿਸੇ ਦਿਨ ਹੋਰ ਹੀ ਰੱਖ ਸਕੋ। ਅਤੇ ਬਾਕੀ ਆਹ ਹੀ 2-4 ਪੁਆਇੰਟ ਸੀਗੇ ਜਿਹੜੇ ਮੈਨੂੰ ਪਤਾ ਸੀਗੇ ਪਰਸਨਲੀ, ਅਤੇ ਬਾਕੀ ਜੇ ਕਿਸੇ ਹੋਰ ਨੂੰ ਵੀ ਕੁਛ ਨਾ ਕੁਛ ਪਤਾ ਆ ਤਾਂ ਥੱਲੇ ਕਮੈਂਟ ਕਰ ਦਿਓ ਵੀ ਕਿਸੇ ਨਾ ਕਿਸੇ ਦੀ ਤਾਂ ਹੈਲਪ ਹੋ ਹੀ ਜਾਊਗੀ। ਅਤੇ ਜਾਣ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਮਿਲਾਂਗੇ ਕਿਸੇ ਹੋਰ ਵੀਡੀਓ 'ਚ।